ਅਗਲਾ ਏਜੰਡਾ ਆਇਆ ਜੀ ਪ੍ਰੋਟੀਨ ਰਿਕੁਆਇਰਮੈਂਟ ਔਨ ਦ ਬੇਸਿਸ ਆਫ ਲਾਈਫ ਸਟਾਈਲ। ਹੁਣ ਪਹਿਲੀ ਫੋਟੋ ਦੇ ਵਿੱਚ ਇੱਕ ਫਾਇਰ ਫਾਈਟਰ ਆ, ਫਾਇਰ ਫਾਈਟਰ ਨੇ ਹੈਵੀ ਵਰਕ ਕਰਨਾ, ਰਿਸਕੀ ਵਰਕ ਕਰਨਾ, ਡੇਂਜਰਸ ਕੰਡੀਸ਼ਨ 'ਚ ਵਰਕ ਕਰਨਾ, ਸੋ ਉਹਨੂੰ ਫਿੱਟ ਰਹਿਣਾ ਪਊਗਾ, ਸੋ ਉਹਦੀ ਰਿਕੁਆਇਰਮੈਂਟ ਕੁਛ ਡਿਫਰੈਂਟ ਆ, ਉਹਨੂੰ ਅੱਛਾ ਪ੍ਰੋਟੀਨ ਖਾਣਾ ਪਊ। ਦੂਸਰੇ ਪਾਸੇ ਇੱਕ ਟੀਚਰ ਆ, ਇਹਨੇ ਸਾਰਾ ਦਿਨ ਕੀ ਕਰਨਾ, ਨਿਆਣਿਆਂ ਦੇ ਕੰਨ ਖਾਣੇ, ਜੋ ਮੈਂ ਕਰ ਰਿਹਾ ਪਿਛਲੇ ਅੱਧੇ ਘੰਟੇ। ਕੀ ਇਹਨੂੰ ਪ੍ਰੋਟੀਨ ਚਾਹੀਦਾ ਬਹੁਤ ਜ਼ਿਆਦਾ? ਨਹੀਂ ਚਾਹੀਦਾ। ਪਰ ਜੇ ਘਰ ਜਾ ਕੇ ਜ਼ਬਰਦਸਤ ਜਿਮ ਮਾਰੇ ਫਿਰ ਚਾਹੀਦਾ। ਯੈਸ, ਦਿਸ ਇਜ਼ ਦ ਡਿਫਰੈਂਸ। ਤਾਂ ਹੀ ਆਪਾਂ ਕਿਸੇ ਇੱਕ ਪੈਰਾਮੀਟਰ ਨੂੰ ਫੜ ਕੇ ਪ੍ਰੋਟੀਨ ਦਾ ਕੈਲਕੂਲੇਸ਼ਨ ਨਹੀਂ ਕਰ ਸਕਦੇ ਵੀ ਉਹ ਟੀਚਰ ਆ ਉਹਨੂੰ ਜਿਮ ਨਹੀਂ ਚਾਹੀਦਾ, ਉਹਨੂੰ ਪ੍ਰੋਟੀਨ ਨਹੀਂ ਬਹੁਤਾ ਚਾਹੀਦਾ, ਪਰ ਜੇ ਉਹ ਸ਼ਾਮ ਨੂੰ ਵਰਕਆਊਟ ਹੈਵੀ ਕਰਦਾ ਫਿਰ ਚਾਹੀਦਾ। ਠੀਕ ਹੈ। ਸੋ ਸਿਮਿਲਰਲੀ ਕੋਈ ਰਿਸਰਚ ਸਾਇੰਟਿਸਟ ਆ ਇਹਨੂੰ ਐਂਡ ਫੀਮੇਲ ਆ, ਇਹਨੂੰ ਬਹੁਤਾ ਪ੍ਰੋਟੀਨ ਚਾਹੀਦਾ? ਉਹ ਨਹੀਂ, ਬਹੁਤਾ ਪ੍ਰੋਟੀਨ ਤਾਂ ਚਾਹੀਦਾ ਅਗਰ ਇਹ ਬਹੁਤ ਹੈਵੀ ਵਰਕਆਊਟ ਕਰਦੀ ਹੋ ਆਫਟਰ ਹਰ ਲੈਬ ਵਰਕ। ਠੀਕ ਹੈ, ਜੋ ਕਿ ਉਹਨੂੰ ਮੈਨੂੰ ਨਹੀਂ ਲੱਗਦਾ ਟਾਈਮ ਦੇਣਾ ਕਿਸੇ ਨੂੰ। ਲਾਸਟ 'ਤੇ ਆ ਗਿਆ ਇੱਕ ਯੋਗਾ ਇੰਸਟਰਕਟਰ। ਯੋਗਾ ਦੇ ਵਿੱਚ ਅਸੀਂ ਮਸਲ ਬਿਲਡਿੰਗ ਨਹੀਂ ਨਾ ਕਰਦੇ, ਸੋ ਸਿੰਸ ਅਸੀਂ ਮਸਲ ਬਿਲਡਿੰਗ ਨਹੀਂ ਕਰ ਰਹੇ ਸਾਨੂੰ ਐਕਸੈਸ 'ਚ ਪ੍ਰੋਟੀਨ ਨਹੀਂ ਚਾਹੀਦਾ, ਈਵਨ ਦੋ ਇਟ ਇਜ਼ ਅ ਫਿਜ਼ੀਕਲ ਐਕਟੀਵਿਟੀ, ਪਰ ਸਾਨੂੰ ਐਕਸੈਸ ਪ੍ਰੋਟੀਨ ਨਹੀਂ ਚਾਹੀਦਾ। ਨੈਕਸਟ ਸਲਾਈਡ। ਇਸੇ ਚੀਜ਼ ਨੂੰ ਮੈਂ ਦੁਬਾਰਾ ਇੱਕ ਵਾਰ ਤੁਹਾਡਾ ਰੀਫਰੇਜ਼ ਕਰ ਦਵਾਂ ਵਿਦ ਸਮ ਅਦਰ ਐਗਜ਼ਾਮਪਲਸ। ਪਹਿਲੀ ਸਲਾਈਡ 'ਤੇ ਕੌਣ ਆ ਪਤਾ ਕਿਸੇ ਨੂੰ? ਸੁਨੀਲ ਛੇਤਰੀ, ਫੁੱਟਬਾਲ ਪਲੇਅਰ ਆ ਆਪਣਾ, ਬਹੁਤ ਨਾਮੀ। ਠੀਕ ਹੈ, ਫੁੱਟਬਾਲ ਇਜ਼ ਅ ਗੇਮ 90 ਮਿੰਟਾਂ 'ਚ ਕ੍ਰੇਜ਼ੀ ਸਟੈਮਿਨਾ, ਕ੍ਰੇਜ਼ੀ ਐਕਸਪਲੋਸਿਵ ਪਾਵਰ ਚਾਹੀਦੀ ਹੈ ਤੁਹਾਨੂੰ, ਸੋ ਦ ਪ੍ਰੋਟੀਨ ਰਿਕੁਆਇਰਮੈਂਟ ਇਜ਼ ਹਾਈ, ਲੇਕਿਨ ਉਹਦੇ ਨਾਲ ਨਾਲ ਐਨਰਜੀ ਵੀ ਤਾਂ ਚਾਹੀਦੀ ਨਾ, ਸੋ ਕਾਰਬ ਰਿਕੁਆਇਰਮੈਂਟ ਇਜ਼ ਆਲਸੋ ਹਾਈ। ਸੈਕਿੰਡ 'ਤੇ ਕੌਣ ਆ ਗਿਆ? ਕ੍ਰਿਕਟਰ। ਹੁਣ ਕ੍ਰਿਕਟਰ ਨੂੰ ਪੂਰਾ ਦਿਨ ਚਾਹੀਦਾ ਇੱਕ ODI ਖੇਡਣ ਨੂੰ, ਉਹਨੇ ਤਾਂ 90 ਮਿੰਟਾਂ 'ਚ ਫ੍ਰੀ ਹੋ ਜਾਣਾ ਫੁੱਟਬਾਲਰ ਨੇ, ਕ੍ਰਿਕਟਰ ਨੇ ਪੂਰਾ ਦਿਨ ਖੇਡਣਾ, ਪਰ ਪੂਰੇ ਦਿਨ ਦੇ ਵਿੱਚ ਉਹਨੂੰ ਕਿਤੇ ਕਿਤੇ ਐਕਸਪਲੋਸਿਵ ਸਟਰੈਂਥ ਐਂਡ ਪਾਵਰ ਚਾਹੀਦੀ ਹੈ, ਸੋ ਪ੍ਰੋਟੀਨ ਰਿਕੁਆਇਰਮੈਂਟ ਚੇਂਜ ਹੋ ਗਈ। ਜਿੰਨਾ ਸੁਨੀਲ ਛੇਤਰੀ ਜੀ ਖਾਂਦੇ ਆ ਪ੍ਰੋਟੀਨ, ਵਿਰਾਟ ਕੋਹਲੀ ਦਾ ਨਹੀਂ ਉਹਨਾਂ ਲੋੜ ਹੈਗੀ ਵਿਰਾਟ ਕੋਹਲੀ ਨੂੰ, ਕਿਉਂਕਿ ਗੇਮ ਡਿਫਰੈਂਟ ਆ, ਬਾਡੀ ਦੀ ਯੂਜੇਜ ਡਿਫਰੈਂਟ ਆ, ਸੋ ਦੈਟਸ ਵਾਈ ਪ੍ਰੋਟੀਨ ਰਿਕੁਆਇਰਮੈਂਟ ਵੀ ਡਿਫਰੈਂਟ ਆ। ਠੀਕ ਹੈ, ਸੋ ਇਹਨਾਂ ਨੇ ਲੌਂਗ ਟਰਮ ਪੂਰਾ ਦਿਨ ਖੇਡਣਾ ਆ, ਹਲਕੀ ਹਲਕੀ ਚਾਲ 'ਚ ਖੇਡਣਾ, ਵਿੱਚ ਵਿੱਚ ਐਕਸਪਲੋਸਿਵ ਸਟਰੈਂਥ ਯੂਜ਼ ਹੋਣੀ ਆ, ਐਂਡ ਦੈਟਸ ਇਟ। ਠੀਕ ਹੈ, ਲੇਕਿਨ ਇਹ ਤਾਂ 90 ਮਿੰਟ ਦਾ ਲਗਾਤਾਰ ਹੀ ਹੈ। ਅੱਛਾ, ਥਰਡ ਨੰਬਰ 'ਤੇ ਕੌਣ ਆ? ਮੈਰੀ ਕੌਮ, ਦ ਲੈਜੈਂਡ। ਠੀਕ ਹੈ, ਸ਼ੀ ਇਜ਼ ਇਨ ਟੂ ਬੋਕਸਿੰਗ। ਠੀਕ ਹੈ ਨਾ, ਅੱਧੇ ਪੌਣੇ ਘੰਟੇ ਦੇ ਵਿੱਚ ਆਪਣੇ ਓਪੋਨੈਂਟ ਨੂੰ ਪੂਰੀ ਤਰ੍ਹਾਂ ਨਾਲ ਤੋੜਨਾ ਆ ਆਪਣੀ ਪਾਵਰ ਨਾਲ, ਤੇ ਉਹਦੀ ਪਾਵਰ ਨੂੰ ਵੀ ਐਂਡਿਓਰ ਕਰਨਾ ਆ। ਡਸ ਸ਼ੀ ਰਿਕੁਆਇਰ ਅ ਲੋ ਪ੍ਰੋਟੀਨ ਔਰ ਅ ਮੋਡਰੇਟ ਔਰ ਅ ਹਾਈ ਪ੍ਰੋਟੀਨ ਡਾਈਟ? ਹਾਈ ਪ੍ਰੋਟੀਨ ਡਾਈਟ। ਠੀਕ ਹੈ, ਸੋ ਅਗੇਨ ਸਪੋਰਟਸ ਦੇ ਡਿਫਰੈਂਸ ਆ ਗਿਆ। ਲਾਸਟ 'ਤੇ ਕੌਣ ਆ? ਵਿਸ਼ਵਨਾਥਨ ਆਨੰਦ। ਠੀਕ ਹੈ, ਸਾਡੇ ਚੈਸ ਗ੍ਰੈਂਡ ਮਾਸਟਰ ਇੰਡੀਆ ਦੇ। ਚੈਸ ਇਜ਼ ਐਕਚੁਲੀ ਅ ਸਪੋਰਟ। ਇੱਕ ਗ੍ਰੈਂਡ ਮਾਸਟਰ ਚੈਸ ਦੇ ਮੈਚ ਦੇ ਵਿੱਚ ਅਪ ਟੂ 6000 ਕੈਲੋਰੀਜ਼ ਬਰਨ ਕਰ ਦਿੰਦਾ ਕੁਰਸੀ 'ਤੇ ਬੈਠਾ ਬੈਠਾ। ਕੈਨ ਯੂ ਬਿਲੀਵ ਇਟ? ਬਿਨਾਂ ਲੱਤਾਂ ਚਲਾਏ, ਬਿਨਾਂ ਕਾਰਡੀਓ ਕੀਤੇ, ਬਿਨਾਂ ਰਨਿੰਗ ਕੀਤੇ 6000 ਕੈਲੋਰੀਜ਼ ਇੱਕ ਮੈਚ ਦੇ ਵਿੱਚ, ਇੱਕ ਚੈਸ ਮੈਚ ਦੇ ਵਿੱਚ ਬਰਨ ਕਰ ਦਿੰਦੇ ਆ। ਸਾਰਾ ਕਿੱਥੇ ਜਾ ਰਿਹਾ? ਬ੍ਰੇਨ ਫਿਊਲ, ਗਲੂਕੋਜ਼। ਅਸੀਂ 3 ਦਿਨਾਂ 'ਚ 6000 ਬਰਨ ਕਰਦੇ ਹਾਂ, ਉਹ ਇੱਕ ਗੇਮ 'ਚ 6000 ਬਰਨ ਕਰ ਰਹੇ ਆ। ਡਸ ਹੀ ਰਿਕੁਆਇਰ ਅ ਹਾਈ ਪ੍ਰੋਟੀਨ ਡਾਈਟ? ਨੋ, ਹੀ ਰਿਕੁਆਇਰਸ ਅ ਹਾਈ ਕਾਰਬੋਹਾਈਡਰੇਟ ਡਾਈਟ। ਨੈਕਸਟ ਸਲਾਈਡ। ਹੁਣ ਆ ਗਿਆ ਪ੍ਰੋਟੀਨ ਰਿਕੁਆਇਰਮੈਂਟ ਬੇਸਡ ਅਪੋਨ ਲਾਈਫ ਸਟਾਈਲ, ਸਪੋਰਟਸ, ਲੇਕਿਨ ਸਪੋਰਟਸ ਵਿਦ ਵੇਟ ਕਲਾਸਿਸ।
सो आई टुक अ एग्जांपल ऑफ मिक्स मार्शल आर्ट्स. ये फोटो कुछ पुरानी है. एट दिस टाइम यू कैन सी ऑल दीज वर देयर डिवीजन चैंपियंस. अलग अलग वेट क्लास सारे ही चैंपियन बंदे है, लेकिन आ वेट क्लास जिहड़ी है, हाइट तुसी देख लो 5.5 फुट, वेट 125 पाउंड्स. इस तो उपरली वेट क्लास 135 पाउंड्स, 145 पाउंड्स, 155 पाउंड्स, 170, 185, 205, 205 पाउंड, एंड लास्ट में आ जाता 206 तो लेके 265 पाउंड तक हैवी वेट. क्योंकि ये सारे इको ही सपोर्ट करते हैं, सारे ने दूजे बंदे नूं लत्तां बाहां नाल पुटना है लम्मा पा पा के, ठीक है. लेकिन की इस परसन की इस परसन के नाल प्रोटीन रिक्वायरमेंट मैच करूगी? नहीं. डिफरेंस आ गया, एक कोई स्पोर्ट्स दे विच ही डिफरेंस आ गया, ठीक है. एक बॉलर ने विकेट कीपर जिनी एनर्जी नहीं फूकनी, या बैट्समैन ने विकेट कीपर जिनी एनर्जी नहीं फूकनी हैगी. बॉलर ने 10 ओवर बॉल करने हैं, विकेट कीपर ने 50 ओवर विकेट कीपिंग करनी है. थैंक यू जी सो मच, ठीक है. सो स्पोर्ट्स दे विच भी डिपेंडिंग अपॉन योर पोजिशन, डिपेंडिंग अपॉन योर रोल, डिपेंडिंग अपॉन योर वेट क्लास, साडी रिक्वायरमेंट चेंज हो रही है प्रोटीन. सिमिलरली जो असं जिम जाने, वो यार मेरे नाल ने कहा या तू भी एक तो 1.4 ग्राम प्रोटीन खाया कर, वो कहना डब्बा ले ला नाल दा, 4 साल तो जिम कर रहा है, तेनों हजे 4 हफ्ते नहीं हुए. अगले का लैवल देखो ना, अगला 1.4 ग्राम प्रोटीन खा रहा, अगले का लैवल देखो ना, वो 4 साल तो जिम कर रहा, तो ही 4 हफ्तों के बीच तुम वो लैवल समझ के ही दैन. ता ही तो मैं कहा कि जस्ट एक पैरामीटर नू पकड़ के असी प्रोटीन कैलकुलेशन नहीं कर सकते भी तुहानू किन्ना प्रोटीन चाहिए. नैक्सट लाइन, इतने तक क्लीयर है जी सारियां नू? लास्ट आ जाता है माई स्पैशलाइजेशन, थैरापूटिक नीड्स ऑफ प्रोटीन, पेशेंट की नीड के अकॉर्डिंगली उन्होंने प्रोटीन देना. नैक्सट लाइट. सो साडे कोल पेशेंट तुहानू दस्सिया मैं हर प्रकार के आते हैं, ठीक है. वॉमिटिंग लूज मोशन वाले भी आते हैं, ठीक है ना, पेट च अल्सर वाले भी आते हैं, कैंसर वाले भी आते, वेंटीलेटर वाले भी आते हैं, हड्डियां लत्तां बाहां टुटियां वाले भी आते हैं, सारे तरह के पेशेंट आपको आते हैं, ठीक है. हर पेशेंट नू गाइड करन तो पहला मैनू पिछले 4 पैरामीटर्स से उस पेशेंट नू असैस करना पैंदा है. वेट, लाइफ स्टाइल, बॉडी स्ट्रक्चर, अगला कि एक्टिव, हाँ जी, जेंडर. ये 4 चीज़ां मैं पहला देखना, दैन मैं उहदी बीमारी देखदा, फिर मैं उहदी बीमारी दीआं रिस्ट्रिक्शंस देखदा, एंड दैन मैं उहनूं प्रोटीन सुजैसट करदा, ठीक है. सो दिस इज वट अ डाइटिशियन डज इन अ हॉस्पिटल और ईवन इन एन आउटर सैटिंग, ठीक है. सो डाइटिशियन का यह नहीं हैगा सवेरे पोहा खा लियो, शामी उपमा खा लियो, नारियल पानी पी लियो, लस्सी पी लियो, दुध पी लियो. दिस इज नॉट वट अ डाइटिशियन डज. एंड स्पैशली टू न्यूट्रीशन स्टूडेंट्स मैं एक तुम गल कहनी चाहना हाँ, डोंट कन्फाइन योर सैल्फ टू वेट लॉस ओनली. कला एक वेट लॉस एक्सपर्ट बन के ना रह जाओ. 95% डाइटिशियंस जिहड़े ऑनलाइन अपना कंटेंट पाउंदे आ, इट इज रिगार्डिंग टू वेट लॉस, विच इज़ वेरी शेमफुल. साढ़े देश दे विच जिथे बीमारियां दा पद्धर टॉप ते पहुंचा है, ओबीसिटी, डायबिटीज, कार्डियोवैस्कुलर डिजीजेस दे विच असीं टॉप कर रहे हैं, टॉप 3 दे विच हां असीं पूरे वर्ल्ड दे विच, एंड साढ़े डाइटिशियंस की करते पए आ, 5 चीज़ें खाने से आपका वेट कम हो जाए, ये घोल के पी तो रातों रात चर्बी गायब. स्टुपिडिटी,
ਸ਼ੀਅਰ ਸਟੂਪਿਡਿਟੀ ਡਾਈਟੀਸ਼ੀਅਨਸ ਨੇ ਆਪਣਾ ਨਾਮ ਖਰਾਬ ਕੀਤਾ ਹੈ। ਅਸੀਂ ਆਪਣੀ ਫੀਲਡ ਦਾ ਖੁਦ ਗਲਾ ਘੋਟਿਆ ਆ, ਬਿਕੋਜ਼ ਵੀ ਆਰ ਨੋਟ ਪੁਟਿੰਗ ਇਨਫ ਐਫਰਟ ਕਿ ਅਸੀਂ ਲੋਕਾਂ ਨੂੰ ਜਾ ਕੇ ਐਜੂਕੇਟ ਕਰੀਏ। ਠੀਕ ਹੈ, adding the point to your point is like we have created an unrealistic expectations about weight loss and the physical appearance. Exactly. Rather than focusing on internal health. Exactly. Bilkul sahi. But she's, haanji haanji, please continue. So there, though even I do gymming and I do extreme hard gymming, and I was told at a time like you have to lose weight. And I did, and I have to go on my health regarding my monthly cycles. This is one of the major drawback I had during 2020 and 21 during the lockdown period. That you have to lose weight, you have to restrict your diet. Bilkul. And that obviously affected my menstrual cycle. Obviously, dekho, ਇਹਦੇ ਵਿੱਚ what she's trying to say is ਕਿ ਅਸੀਂ obsessed ਹਾਂ ਕਿ ਜਦੋਂ ਅਸੀਂ scale ਤੇ ਖੜੇ ਹੋਣਾ ਆ ਤੇ ਉਹਨੇ ਕੀ ਨੰਬਰ ਦਿਖਾਉਣਾ। ਠੀਕ ਹੈ ਨਾ, ਇਨਫੈਕਟ ਜੇ ਸਾਡੀ ਐਕਸਪੈਕਟੇਸ਼ਨ ਤੋਂ 1-1.5 ਕਿਲੋ ਜ਼ਿਆਦਾ ਕਹੂਗਾ ਨਾ, ਜ਼ਿਆਦਾ ਵੀ ਸ਼ੋ ਹੋ ਗਿਆ ਨਾ, ਫਿਰ ਪਤਾ ਮਤਲਬ ਝੂਠਾ ਜਿਹਾ ਹੋ ਕੇ ਕੀ ਕਰਨਗੇ, ਮੈਂ ਪਾਣੀ ਜ਼ਿਆਦਾ ਪੀਤਾ ਅੱਜ ਸਵੇਰੇ, ਵਾਟਰ ਵੇਟ ਆ, ਵੀ ਸਾਨੂੰ ਦੀਦਾ ਨਹੀਂ ਕਿਤੇ, ਵੀ ਅਸੀਂ ਇੱਥੇ ਉੱਥੇ ਬੈਠੇ ਹਾਂ ਭਲਾ, ਅਸੀਂ ਕਹੀਦਾ ਹਾਂਜੀ ਹਾਂਜੀ ਕੋਈ ਨਹੀਂ ਅਗਲੀ ਵਾਰ ਪਾਣੀ ਪੀ ਘੱਟ ਪੀ ਕੇ ਆਇਓ। ਠੀਕ ਹੈ ਨਾ, ਸੋ ਅਨਰੀਅਲਿਸਟਿਕ ਐਕਸਪੈਕਟੇਸ਼ਨ, ਹਰ ਮੁੰਡੇ ਨੇ ਸਿਕਸ ਪੈਕ ਕੱਢਣੇ, ਕਿੱਥੇ ਜਾਣਾ ਤੁਸੀਂ ਸਿਕਸ ਪੈਕ ਕੱਢ ਕੇ। ਸਿਕਸ ਪੈਕ ਵਾਲੇ ਬੰਦੇ ਦੀ 45-50 ਹਜ਼ਾਰ ਦੀ ਡਾਈਟ ਆ ਮਹੀਨੇ ਦੀ, ਅਗਲਾ 2 ਲੱਖ ਕਮਾਉਂਦਾ ਤਾਂ 45 ਹਜ਼ਾਰ ਖਰਚ ਦਿੰਦਾ, ਪਲੱਸ ਉਹ ਨਾਲ ਮਾਡਲਿੰਗ ਕਰ ਰਿਹਾ, ਫਿਲਮਾਂ ਕਰ ਰਿਹਾ, ਫੋਟੋ ਸ਼ੂਟ ਕਰ ਰਿਹਾ, ਹੈ ਉਹਦੇ ਇੰਸਟਾ ਦੇ ਬਥੇਰੇ ਫੋਲੋਅਰ, ਉਹਨੂੰ ਉੱਥੋਂ ਇੰਡੋਰਸਮੈਂਟ ਆ ਰਹੀ, ਤੁਸੀਂ ਕਿੱਥੇ ਕਰਨਾ, ਤੁਸੀਂ ਕੀ ਕਰਨਾ, 45 ਹਜ਼ਾਰ ਦੀ ਡਾਈਟ ਕੌਣ ਖਾਊਗਾ ਦੱਸੋ। ਸਿਮਿਲਰਲੀ ਵਿਦ ਦ ਗਰਲਸ ਆਲਸੋ, ਕਰੀਨਾ ਕਪੂਰ ਵਰਗਾ 0 ਫਿਗਰ ਚਾਹੀਦਾ, ਕਿੱਥੇ ਜਾਣਾ 0 ਫਿਗਰ ਲੈ ਕੇ, ਹਵਾ ਆਈ ਤੇ ਉੱਡ ਜਾਵਾਂਗੇ, ਕੀ ਫਾਇਦਾ। ਫੋਕਸ ਹੋਣਾ ਚਾਹੀਦਾ ਆ ਕਿ ਮੇਰਾ ਮੈਟਾਬੋਲਿਜ਼ਮ ਗੁੱਡ ਆ, ਭੁੱਖ ਲੱਗ ਰਹੀ ਆ, ਖਾਣਾ ਪਚ ਰਿਹਾ, ਹੇਅਰ ਨੇਲ ਸਕਿਨ ਖਰਾਬ ਤਾਂ ਨਹੀਂ ਹੋ ਰਿਹਾ, ਮੇਰੇ 'ਚ ਸਟੈਮਿਨਾ ਹੈ, ਪੌੜੀਆਂ ਚੜ੍ਹ ਕੇ 1 ਮੰਜ਼ਿਲ ਤਾਂ ਮੈਨੂੰ 5 ਮਿੰਟ ਲੰਮੇ ਤਾਂ ਨਹੀਂ ਪੈਣਾ ਪੈ ਰਿਹਾ। ਦਿਸ ਸ਼ੁੱਡ ਬੀ ਦ ਫੋਕਸ, ਨਾ ਕਿ ਸਕੇਲ ਤੇ ਖੜੇ ਹੋ ਕੇ। ਆਈਲ ਬੀ ਵੈਰੀ ਬਰੂਟਲੀ ਓਨੈਸਟ ਵਿਦ ਯੂ, ਮੈਂ ਐਸ ਪਰ ਸਕੇਲ ਇਸ ਵੇਲੇ ਤੁਹਾਡੇ ਸਾਹਮਣੇ ਖੜਾ, I am 7 kgs over but my weight should be according to the table, but who gives a hell about table, I feel healthy. ਠੀਕ ਹੈ ਨਾ, ਮੈਂ ਸਵੇਰ ਦੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕੰਮ ਕਰਦਾ। ਠੀਕ ਹੈ ਨਾ, ਪੀਪਲ ਹੂ ਵਰਕ ਵਿਦ ਮੀ ਹੈਵ ਸੀਨ ਮਾਈ ਐਫੀਸ਼ੀਐਂਸੀ। ਠੀਕ ਹੈ, ਸੋ ਗੱਲ ਇਹ ਆ ਕਿ ਮੈਂ ਨੰਬਰ ਨਾਲ ਓਬਸੈਸ ਨਹੀਂ ਹੋਊਂਗਾ, ਆਈ ਵਿਲ ਬੀ ਓਬਸੈਸ ਵਿਦ ਮਾਈ ਹੈਲਥ। ਠੀਕ ਹੈ, ਸੋ ਜਦੋਂ ਸਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਦੈਟ ਇਜ਼ ਕ੍ਰਿਟੀਕਲੀ ਇਲ ਔਨ ਅ ਵੈਂਟੀਲੇਟਰ ਔਰ ਸਿਵੀਅਰਲੀ ਮਾਲ ਨਰਿਸ਼ਡ ਡਿਊ ਟੂ ਐਨੀ ਡਿਜ਼ੀਜ਼, ਜਾਂ ਸਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਆ ਜਿਹੜਾ ਅਨਏਬਲ ਟੂ ਈਟ ਆ, ਤੁਹਾਨੂੰ ਪਤਾ ਇੱਦਾਂ ਇੱਦਾਂ ਦੀਆਂ ਬਿਮਾਰੀਆਂ ਆ ਵੀ ਗਲੇ ਦੇ ਥੱਲਿਓਂ ਖਾਣਾ ਨਹੀਂ ਲੰਘਦਾ, ਉਹਦਾ ਵੀ ਸੋਚਣਾ ਪੈਂਦਾ ਆ ਵੀ ਇਹਨੂੰ 70 ਗ੍ਰਾਮ ਹੁਣ ਪ੍ਰੋਟੀਨ ਕਿੱਦਾਂ ਦੇਈਏ ਦਿੰਦਾ। ਜਿਹੜਾ ਬੰਦਾ ਪਾਣੀ ਦਾ ਤੁਬਕਾ ਨਹੀਂ ਅੰਦਰ ਨਘਾ ਪਾ ਰਿਹਾ, ਉਹਨੂੰ ਵੀ 70 ਗ੍ਰਾਮ ਪ੍ਰੋਟੀਨ ਐਡਵਾਈਜ਼ ਕਰਕੇ ਉਹਨੂੰ ਦੱਸਣਾ ਪੈਂਦਾ ਵੀ ਉਹ ਕਿੱਦਾਂ ਪੂਰਾ ਹੋਊ। ਅੱਛਾ, ਨੈਕਸਟ ਸਲਾਈਡ। ਸੋ ਦੀਜ ਆਰ ਦ ਟਾਈਪ ਆਫ ਪੇਸ਼ੈਂਟਸ ਜਿਹਨਾਂ ਨੂੰ ਆਪਾਂ ਦਿੰਦੇ ਹਾਈ ਪ੍ਰੋਟੀਨ ਡਾਈਟ। ਨੈਕਸਟ ਆ ਗਿਆ ਜੀ ਡਾਇਬਟੀਜ਼, ਹਾਈਪਰਟੈਂਸ਼ਨ, ਕਾਰਡੀਓਵੈਸਕੁਲਰ ਡਿਜ਼ੀਜ਼, ਫੀਵਰ, ਪ੍ਰੈਗਨੈਂਸੀ ਜਾਂ ਥਾਇਰਾਇਡ, PCOD, ਇਹਨਾਂ ਨੂੰ ਚਾਹੀਦਾ ਹੁੰਦਾ ਮੋਡਰੇਟ ਅਮਾਊਂਟ ਆਫ ਪ੍ਰੋਟੀਨ। ਠੀਕ ਹੈ, ਸੋ ਅਗਰ ਤੁਸੀਂ ਪਿਛਲੀ ਸਲਾਈਡ ਕਰਿਓ, ਮੈਂ ਇੱਕ ਪੁਆਇੰਟ ਮੈਂਸ਼ਨ ਕਰਨਾ ਭੁੱਲ ਗਿਆ। ਹਾਈ ਪ੍ਰੋਟੀਨ ਡਾਈਟ ਰੇਂਜਿੰਗ ਮੋਰ ਦੈਨ 1.5 ਗ੍ਰਾਮ
ਕੁਆਲਿਟੀ ਪ੍ਰੋਟੀਨ ਪਰ ਲੀਨ ਮਸਲ ਮਾਸ। ਹੁਣ ਮੈਂ ਇੱਥੇ ਕੇ ਜੀ ਨਹੀਂ ਲਿਖਿਆ ਕਿਉਂਕਿ ਕੇ ਜੀ 'ਚ ਤਾਂ ਟੋਟਲ ਬੋਡੀ ਵੇਟ ਆ ਗਿਆ ਨਾ, ਮੈਂ ਲੀਨ ਮਸਲ ਮਾਸ ਦੀ ਗੱਲ। ਨੋਰਮਲ ਬੰਦੇ ਨੂੰ ਲੀਨ ਮਸਲ ਮਾਸ ਦੇ ਹਿਸਾਬ ਨਾਲ 1.5 ਗ੍ਰਾਮ ਪਰ ਪ੍ਰੋਟੀਨ ਦੀ ਕਦੀ ਲੋੜ ਨਹੀਂ ਪੈਣੀ। ਦਿਸ ਇਜ਼ ਫੋਰ ਕ੍ਰਿਟੀਕਲੀ ਐਂਡ ਟਰਮੀਨਲੀ ਇਲ ਪੇਸ਼ੈਂਟ। ਠੀਕ ਹੈ, ਨੈਕਸਟ ਸਲਾਈਡ। ਸਿਮਿਲਰਲੀ ਜਦੋਂ ਅਸੀਂ ਨੋਰਮਲ ਆ ਜਾਂਦੇ ਹਾਂ, ਜਿਹੜਾ ਸੈਕੰਡ ਆ ਜਾਂਦੀ ਹੈ ਗਰੁੱਪ ਆਫ ਡਿਜ਼ੀਜ਼, ਡਾਇਬਟੀਜ਼ ਹੋ ਗਈ, ਹਾਈਪਰਟੈਂਸ਼ਨ, ਫਿਬਰਾਇਲ ਇਲਨੈਸ, ਪ੍ਰੈਗਨੈਂਸੀ, ਇਹਦੇ ਵਿੱਚ ਅਗੇਨ ਲੀਨ ਮਸਲ ਮਾਸ ਨੂੰ ਧਿਆਨ 'ਚ ਰੱਖਦੇ ਹੋਏ 1 ਗ੍ਰਾਮ ਆਫ ਹਾਈ ਕੁਆਲਿਟੀ ਪ੍ਰੋਟੀਨ, ਜਿਹਦੇ ਵਿੱਚ ਪੀਨਟਸ ਨਹੀਂ ਆ ਰਹੇ, ਜਿਹਦੇ 'ਚ ਪੀਨਟ ਬਟਰ ਓਟਸ ਨਹੀਂ ਗਿਣੇ ਜਾ ਰਹੇ, ਜਿਹਦੇ 'ਚ ਬਦਾਮਾਂ ਦਾ ਪ੍ਰੋਟੀਨ ਨਹੀਂ ਗਿਣਿਆ ਜਾ ਰਿਹਾ, ਪ੍ਰੋਟੀਨ ਨਹੀਂ ਗਿਣਿਆ ਜਾ ਰਿਹਾ, ਪਰ ਦੇਵਾਂਗੇ ਇਹ ਚੀਜ਼ਾਂ ਅੱਛੀਆਂ ਨੇ ਖਾਣ ਨੂੰ ਪਰ ਪ੍ਰੋਟੀਨ 'ਚ ਨਹੀਂ। ਜਦੋਂ ਅਸੀਂ ਕਿਸੇ ਪੇਸ਼ੈਂਟ ਨੂੰ ਹਾਈ ਪ੍ਰੋਟੀਨ ਡਾਇਟ ਦੇਣੀ ਹੈ, ਇਕੱਲਾ ਨੰਬਰਾਂ 'ਚ ਪ੍ਰੋਟੀਨ ਨਹੀਂ ਉਹਦਾ ਵਧਾ ਦੇਣਾ, ਦੈਟ ਪਰਸਨ ਸ਼ੁੱਡ ਆਲਸੋ ਬੀ ਗੈਟ ਅ ਕੁਆਲਿਟੀ ਪ੍ਰੋਟੀਨ, ਦੈਟ ਇਜ਼ ਵਾਈ ਦੇ ਆਰ ਪੇਇੰਗ ਯੂ, ਦੈਟ ਇਜ਼ ਵਾਈ ਦੇ ਆਰ ਸਪੈਂਡਿੰਗ ਦੇਅਰ ਟਾਈਮ ਵਿਦ ਯੂ। ਠੀਕ ਹੈ, ਨੈਕਸਟ। ਕੁਛ ਡਿਜ਼ੀਜ਼ ਇੱਦਾਂ ਦੀਆਂ ਹੁੰਦੀਆਂ ਜਿਹਨਾਂ ਦੇ ਵਿੱਚ ਸਾਨੂੰ ਲੋ ਪ੍ਰੋਟੀਨ ਜਾਂ ਪ੍ਰੋਟੀਨ ਰੈਸਟ੍ਰਿਕਸ਼ਨ 'ਚ ਜਾਣਾ ਪੈਂਦਾ, ਜਿਵੇਂ ਰੀਨਲ। ਅੱਛਾ, ਕਿਡਨੀ ਡਿਜ਼ੀਜ਼ ਬਾਰੇ ਇੱਕ ਕਾਮਨ ਸੋਸਾਇਟੀ ਦੇ ਵਿੱਚ ਕੀ ਫੰਡਾ ਹੈ ਕਿ ਕਿਡਨੀ ਡਿਜ਼ੀਜ਼ ਹੋ ਗਈ ਤੇ ਪ੍ਰੋਟੀਨ ਖਾਣਾ ਕਰ ਦਿਓ। ਜਦੋਂ ਆਪਾਂ ਸੈਮੀਨਾਰ ਸ਼ੁਰੂ ਕੀਤਾ ਸੀ, ਪ੍ਰੋਟੀਨ ਦੇ ਹੋਰ ਕਿੰਨੇ ਕੰਮ ਦੱਸੇ ਸੀ ਮੈਂ? ਬਥੇਰੇ ਸੀ, ਡੀਐਨਏ ਰਿਪੇਅਰ, ਇਮਿਊਨਿਟੀ, ਠੀਕ ਹੈ, ਨਵੇਂ ਸੈੱਲ ਬਣਨੇ, ਪੁਰਾਣੇ ਸੈੱਲਸ ਨੂੰ ਰਿਪੇਅਰ ਕਰਨਾ, ਸੈੱਲਸ ਦੀ ਪੂਰੀ ਬਾਇਓ ਕੈਮਿਸਟਰੀ ਦੇ ਵਿੱਚ ਪ੍ਰੋਟੀਨ ਯੂਜ਼ ਹੋ ਰਿਹਾ। ਪ੍ਰੋਟੀਨ ਖਾਣਾ ਬਿਲਕੁਲ ਬੰਦ ਕਰ ਦੇਵਾਂਗੇ ਤਾਂ ਕਿੱਦਾਂ ਜਿੰਦਾ ਰਵਾਂਗੇ? ਇਸੇ ਕਰਕੇ ਰੀਨਲ ਡਿਜ਼ੀਜ਼ ਤੇ ਜਿਹੜੇ ਪੇਸ਼ੈਂਟ ਆ ਉਹ ਬਹੁਤਾ ਚਿਰ ਸਰਵਾਈਵ ਨਹੀਂ ਕਰਦੇ, ਬਿਕੋਜ਼ ਆਰ ਗਾਈਡੈਂਸ ਇਜ਼ ਰੋਂਗ। ਉਹ ਕਹਿੰਦੇ ਜੀ ਪ੍ਰੋਟੀਨ ਕਿਉਂ ਛੱਡਿਆ? ਕਿਉਂਕਿ ਮੇਰੇ ਯੂਰਿਨ 'ਚ ਪ੍ਰੋਟੀਨ ਜ਼ਿਆਦਾ ਆ ਰਿਹਾ। ਗਿਵ ਯੂ ਇਹ ਰੀਅਲ ਐਗਜ਼ਾਮਪਲ ਆ, ਦਿਸ ਹੈਪਨ ਵਿਦ ਮੀ ਮਲਟੀਪਲ ਟਾਈਮਸ, ਇੱਕ ਵਾਰ ਨਹੀਂ ਹੋਇਆ। ਉਹ ਜੀ ਮੈਂ ਬਲੱਡ ਟੈਸਟ, ਯੂਰਿਨ ਟੈਸਟ ਕਰਾਇਆ ਸੀ, ਉਹਦੇ 'ਚ ਪ੍ਰੋਟੀਨ ਲੀਕ ਹੋ ਰਿਹਾ। ਜੇ ਗਲਾਸ 'ਚ ਸ਼ੇਕ ਆ, ਤੁਸੀਂ ਗਲਾਸ 'ਚ ਪਾਣੀ ਪਾਇਆ, ਉਹ ਨਿਕਲ ਗਿਆ, ਹੁਣ ਤੁਹਾਨੂੰ ਪਾਣੀ ਜ਼ਿਆਦਾ ਚਾਹੀਦਾ ਕਿ ਪਾਣੀ ਬੰਦ ਕਰ ਦੋਗੇ? ਜ਼ਿਆਦਾ ਚਾਹੀਦਾ ਆ। ਜੇ ਯੂਰਿਨ 'ਚੋਂ ਪ੍ਰੋਟੀਨ, ਤੁਹਾਡੇ ਸਰੀਰ ਦਾ ਪ੍ਰੋਟੀਨ ਲੀਕ ਹੋ ਰਿਹਾ, ਜੇ ਤੁਸੀਂ 45 ਗ੍ਰਾਮ ਖਾਧਾ, ਉਹ 'ਚੋਂ 15 ਗ੍ਰਾਮ ਲੀਕ ਹੋ ਗਿਆ, ਤੁਸੀਂ 45 ਖਾ ਕੇ ਤੁਹਾਨੂੰ ਕਿੰਨਾ ਮਿਲਿਆ? 30 ਗ੍ਰਾਮ। ਤੁਸੀਂ ਕਿੰਨਾ ਖਾਣਾ ਸੀ? 45, ਤੁਹਾਨੂੰ ਤਾਂ 30 ਮਿਲਿਆ ਕਿਉਂਕਿ ਲੀਕ ਹੋ ਰਿਹਾ। ਦੇਖੋ ਕਾਮਨ ਚੀਜ਼ਾਂ ਆ, ਸਾਡੇ ਡਾਕਟਰਸ ਦੇ ਆਰ ਫੇਲਿੰਗ ਟੂ ਮੇਕ ਪੀਪਲ ਅੰਡਰਸਟੈਂਡ। ਸਮਝਾਈ ਨਹੀਂ ਪਾ ਰਹੇ। ਡਾਕਟਰ ਕਹੀ ਜਾਂਦੇ ਉਹ ਯੂਰਿਨ 'ਚ ਪ੍ਰੋਟੀਨ ਲੀਕ ਹੋ ਰਿਹਾ, ਪ੍ਰੋਟੀਨ ਖਾਣਾ ਬੰਦ ਕਰ। ਉਹਨਾਂ ਨੂੰ ਲੱਗਦਾ ਵੀ ਖਰਿਆ ਐਕਸੈਸ ਖਾ ਰਿਹਾ, ਖਰਿਆ ਰੋਜ਼ ਮੁਰਗਾ ਖਾ ਰਿਹਾ ਅੱਧਾ ਅੱਧਾ ਕਿਲੋ, ਵੀ ਇੰਨਾ ਪ੍ਰੋਟੀਨ ਖਾਣ ਲੱਗ ਪਿਆ ਵੀ ਹੁਣ ਇਹਦੇ ਯੂਰਿਨ 'ਚੋਂ ਨਿਕਲਣ ਲੱਗ ਪਿਆ। ਉਹ ਯਾਰ ਕਿਡਨੀ 'ਚ ਡੈਮੇਜ ਕਰਕੇ ਪ੍ਰੋਟੀਨ ਨਿਕਲ ਰਿਹਾ ਯੂਰਿਨ 'ਚੋਂ, ਐਕਸੈਸ ਕੌਣ ਖਾਂਦਾ? ਮੈਨੂੰ ਇੱਕ ਬੰਦਾ ਦੱਸ ਦਿਓ ਜਿਹੜਾ ਐਕਸੈਸ ਪ੍ਰੋਟੀਨ ਖਾ ਰਿਹਾ ਹੋਵੇ ਇਸ ਵੇਲੇ ਤੁਹਾਡੇ 'ਚੋਂ। ਹੈ ਕੋਈ ਇੱਥੇ ਬੈਠਾ ਜਿਹੜਾ ਐਕਸੈਸ ਪ੍ਰੋਟੀਨ ਖਾ? ਮਸੀ ਤਾਂ ਪੂਰਾ ਕਰੀਦਾ ਹੀ ਹਰ ਮਰ ਮਰ ਕੇ, ਮਸੀ ਪੂਰਾ ਹੁੰਦਾ ਪ੍ਰੋਟੀਨ। ਉਹ ਕੁਛ ਸੋਚਦੇ ਜੇ ਯੂਰਿਨ 'ਚ ਪ੍ਰੋਟੀਨ ਆ ਰਿਹਾ ਮਤਲਬ ਤੁਸੀਂ ਵੱਧ ਖਾ ਰਹੇ ਹੋ, ਖਾਣਾ ਬੰਦ ਕਰ ਦਿਓ। ਵਟ ਇਜ਼ ਦਿਸ? ਸੋ ਇਹ ਚੀਜ਼ਾਂ ਆ, ਦਿਸ ਇਜ਼ ਸਮਵੇਅਰ ਜਿੱਥੇ ਹੋਸਪਿਟਲ ਲਾਈਨ 'ਚ ਵਰਕ ਕਰਦੇ ਹੋਏ ਤੁਹਾਨੂੰ ਡਾਕਟਰਸ ਦੇ ਨਾਲ ਫੇਸ ਟੂ ਫੇਸ ਬੈਟਲ ਕਰਨੇ ਪੈਂਦੇ ਆ ਔਨ ਦਾ ਓਪੀਨੀਅਨ ਕਿ ਕੀ ਸਹੀ ਹੈ ਕੀ ਗਲਤ ਹੈ। ਠੀਕ ਹੈ, ਨੈਕਸਟ ਸਲਾਈਡ। ਹਾਂ, ਇੱਕ ਮਿੰਟ। ਸੋ ਇਹਦੇ ਵਿੱਚ ਅਸੀਂ ਪ੍ਰੋਟੀਨ ਦੇਣਾ ਹੈ ਪੇਸ਼ੈਂਟਸ ਨੂੰ, ਲੇਕਿਨ ਹਾਈ ਕੁਆਲਿਟੀ ਪ੍ਰੋਟੀਨ ਦੇਣਾ ਹੈ। ਕਿਹੜੀ ਹੈ ਲਾਈਕ? ਅੱਛਾ, ਚਲੋ, ਹਾਈ ਕੁਆਲਿਟੀ ਪ੍ਰੋਟੀਨ ਦੇਣਾ ਆ। ਹੁਣ ਜੇ ਕਿਸੇ ਪੇਸ਼ੈਂਟ ਨੂੰ ਰਿਸਟ੍ਰਿਕਟ ਕਰ ਦਿੱਤਾ ਵੀ ਇਹਨੂੰ ਪੂਰੇ ਦਿਨ ਦਾ ਸਿਰਫ 40 ਗ੍ਰਾਮ ਪ੍ਰੋਟੀਨ ਦੇਣਾ, ਤਾਂ ਤੁਸੀਂ ਉਸ 40 ਦੇ ਵਿੱਚੋਂ ਹਾਈ ਕੁਆਲਿਟੀ ਪ੍ਰੋਟੀਨ ਚੂਜ਼ ਕਰੋਗੇ
ਨਾ ਕਿ ਆਹ ਓਟਸ ਓਟਸ ਪੀਨਟਸ ਭੁੱਜੇ ਚਨੇ ਚਿੱਟੇ ਇਹਨਾਂ ਚੀਜ਼ਾਂ ਦੇ ਨਾਲ ਫਾਲਤੂ ਦੇ ਨਾਲ ਉਹ 40 ਗ੍ਰਾਮ ਪੂਰੇ ਉਹਦੇ ਨਹੀਂ ਕਰਾਂਗੇ ਆਪਾਂ, ਠੀਕ ਹੈ। ਐਂਡ ਦੈਨ ਆ ਜਾਂਦਾ ਲਾਸਟ, ਕੁਛ ਕੇਸ ਸਾਡੇ ਕੋਲ ਐਸੇ ਆਉਂਦੇ, ਫੋਰ ਐਗਜ਼ਾਮਪਲ ਇਨਸੈਫਲੋਪੈਥੀ। ਇਨਸੈਫਲੋਪੈਥੀ 'ਚ ਕੀ ਹੁੰਦਾ, ਸਾਡੀ ਬੋਡੀ ਦੇ ਵਿੱਚ ਨਾ ਅਮੋਨੀਆ ਬਣਨਾ ਸ਼ੁਰੂ ਹੋ ਜਾਂਦਾ ਆ ਤੇ ਉਹ ਸਾਡੇ ਲਿਵਰ ਤੋਂ ਕਲੀਅਰ ਨਹੀਂ ਕਰ ਹੁੰਦਾ, ਉਹਦੇ ਕਰਕੇ ਬ੍ਰੇਨ ਨੂੰ ਪੋਇਜ਼ਨਿੰਗ ਹੋ ਜਾਂਦੀ। ਸੋ ਜਦੋਂ ਤੱਕ ਅਮੋਨੀਆ ਨਹੀਂ ਡਾਊਨ ਹੋ ਗਿਆ ਬਲੱਡ 'ਚੋਂ, ਅਸੀਂ ਪ੍ਰੋਟੀਨ ਟੋਟਲੀ ਬੰਦ ਕਰ ਦਈਦਾ। ਸੋ ਇਨ ਦੈਟ ਪਰਟੀਕੁਲਰ ਕੇਸ 0.2 ਗ੍ਰਾਮ ਪ੍ਰੋਟੀਨ ਪਰ ਲੀਨ ਮਸਲ ਮਾਸ ਹੀ ਅਸੀਂ ਪੇਸ਼ੈਂਟ ਨੂੰ ਦੇ ਰਹੇ ਹੁੰਦੇ, ਠੀਕ ਹੈ। ਕਿਉਂਕਿ ਉਸ ਫੇਜ਼ ਦੇ ਵਿੱਚ ਜਦ ਤੱਕ ਅਮੋਨੀਆ ਸੈੱਟ ਨਹੀਂ ਹੋ ਗਿਆ ਨਾ ਲੈਵਲ ਉਹਦਾ, ਤਦ ਤੱਕ ਅਸੀਂ ਉਹਨੂੰ ਵੱਧ ਪ੍ਰੋਟੀਨ ਨਹੀਂ ਦੇ ਸਕਦੇ। ਸੋ ਦੀਜ਼ ਆਰ ਵੈਰੀ ਰੇਅਰ ਕੇਸਿਸ ਵਿੱਚ ਵੀ ਹੈਂਡਲ ਯੂਜਲੀ ਇਨ ਹੋਸਪਿਟਲ।